खास -खास लेफिनेंट गवर्नर मनोज सिन्हा जम्मू कश्मीर सार्वजनिक बिक्री बिक्रीबी एक निग्गर सरस्त की जरूरत पर जोर दें इसी तरतीब देने का निर्देश दा एलजी हो स लाभार्थियों के आधार जोड़ने अन्नदाने की दस्याबी युक्तिसंगत बनाने पर जोर दाता तम लोगेंता लाहूलत खरे प्रशासन दिए आदर्श पीड़तें की सबने थरें लागू करने के लक्ष्य के लिए दौ रोजा सम्मेलन अजय थमा श्रीनगर शुरू हो जरा उद्घाटन केंद्रीय मंत्री डॉ जितेंद्र सिंह एल जी मनोज सिन्हा कंगन ਡਾਕਟਰਾਂ ਦੇ ਨਿਮਿਤ ਰਾਸ਼ਟਰੀ ਦਿਹਾੜੇ ਦੇ ਮੌਕੇ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਸਿਆ ਆਯੋਜਿਤ ਇੱਕ ਸਮਾਰੋਹ ਚ ਡਾਕਟਰਾਂ ਕੀ ਸੰਬੋਧਿਤ ਕਰਨਗਨ ਤੇ ਮੁਲਕਾ ਚ ਅਜੇ ਤੋੜੀ ਕਰੋਨਾ ਸਵਾ ਬਚਾ ਲੇ 33 ਕਰੋੜ 54 ਲੱਖ ਕੋਲਾ ਮਤੇ ਟੀਕੇ ਲਾਇ ਜਾ ਚੁਕੇ ਨਾ ਖਬਰਾਂ ਦੀ ਤਫਸੀਲ ਕੋਲਾ ਪਹਿਲੇ ਇੱਕ ਜ਼ਰੂਰੀ ਸੁਨੇਹਾ राष्ट्र ने ठारें बरें को मती बरेसू के लोगों गै इक्की जून दो हजार इक्कीस सकारी केन्द्रें च मुफ्त कोविड नाइन्टीन टीकाकरण अभियान जो तेजी ले आंधी है अस युवा श्रोताएं की सलाह जो टीका लई लैन स्रोताएं इबी सलाह दी है जो सुरक्षा उपाय कोई कमी नहीं करे कोविड नाइन्टीन सड़ी जिंद पर खतरा अजें भी बने है मेहरबानी करिए जेकर बाहर जाना अत जरूरी नहीं होवे हो तर अंदर रवो ते चार सखले उपा जारी रखो मुंह पर मास्क लाओ समाजी छिंडे गित ਦੋਂ ਗਾਜ਼ ਦੀ ਦੂਰੀ ਰੱਖੋ ਆਥ ਤੇ ਮੋਏ ਕੀ ਸਾਫ ਸੁਥਰਾ ਰੱਖਣੇ ਪਰ ਮੁਕਤੀਆਂ ਦਿਓ ਤੇ ਕੋਵਿਡ ਥਮਾ ਬਚਾਰਾ ਟੀਕਾ ਲਵਾਈ ਲੋ ਕੋਵਿਡ ਮੁਤੱਲਕ ਕੁਸਰ ਜਾਣਕਾਰੀ ਤੇ ਮਾਰਗਦਰਸ਼ਨ ਕੇਤੇ ਉਸ ਰਾਸ਼ਟਰੀ ਹੈਲਪਲਾਈਨ ਨੰਬਰੇ ਪਰ ਸੰਪਰਕ ਕਰ ਸਕਤੇ ਹੋ ਨੰਬਰ ਨ 01123978046 ਤੇ ਦੂਆ ਨੰਬਰ ਹੈ 1075 ਤੇ ਉਨ ਖਬਰ ਦੀ ਤਫਸੀਲ ਕਰਨੇ ਵਿਜੇ 부ਜਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਗਰੀਬੇਂ ਦੇ ਪ੍ਰਤੀ ਵਚਨਬੱਧਤਾ ਦੇ ਮੁਜਬਕ ਕੰਮ ਕਰਦੀ ਹੋਈ ਜੰਮੂ ਕਸ਼ਮੀਰ ਸਰਕਾਰ ਵੀ ਆਪਣੇ ਬਸਨੀਕਿਆਂस्ते ਖਾਦੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਚ ਵੱਡੀ ਕਾਂਪੂਟਾ ਕਰਦੀ ਹੈ ਤੇ ਇਤੇ ਹਾਸਤੇ ਬਖ ਬਖ ਯੋਜਨਾਏ ਦੇ ਤਹਿਤ ਅੰਨ ਦਾਨ ਦੇ ਬੇਲਾ ਸਰਦਸਤੀਆਬੀ ਇਦੀ ਅਸਰਦਾਰ ਟੰਗਾ ਸਰ ਸਪਲਾਈ ਤੇ ਬੰਡ ਦੇ ਕਨੋ ਕੰਨੀ ਲਾਭਾਰਤੀਆਂ ਦੇ ਬੈਂਕ ਖਾਤੇਂ ਕੀ ਆਧਾਰ ਕਰਨੇ ਜੋੜਿਆ ਜਾਣਾ ਵੀ ਯਕੀਨੀ ਬਣਾਇਆ ਜਾਤਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਸਰਬਜਨਿਕ ਬੰਡਾਲੀ ਪ੍ਰਣਾਲੀ ਦਾ ਜਾਇਜ਼ਾ ਲੈਣੇ ਹਾਸਤੇ ਕੱਲ ਸ਼ਿਸ਼ ਨਗਰਾਲੇ ਸਿਵਲ ਸੈਕਟਰੀਏਟ ਚਲਵਾਈ ਗਈ ਦੀ ਇੱਕ ਉੱਚੀ ਸਦਾ ਦੀ ਬੈਠਕ ਦੌਰਾਨ ਲੈਫਟੇਨੈਂਟ ਗਵਰਨਰ ਮਨੋਜ ਸਿਨੌਰ ਨੇ ਇਹ ਗਲਾਖੀ ਇਸ ਮੌਕੇ ਸ਼੍ਰੀ ਸਿਨੌਰ ਨੇ ਸਰਬਜਨਿਕ ਬੰਡਾਲੀ ਪ੍ਰਣਾਲੀ ਤਹਿਤ ਖੁਰਾਕ ਸਿਵਲ ਸਪਲਾਈਸ ਤੇ ਉਪਭੋਗਤਾ ਮਾਮਲੇ ਸਰਬੰਦੀ ਮਹਿਕਮੇ ਦੀ ਕਾਰਗਰਤੀ ਤੇ ਪਵਿਖਲੇ ਤੈ ਕੀਤੇ ਗਦੇ ਨਿਸ਼ਾਨੇ ਦਾ ਜਾਇਜ਼ਾ ਲਹਿਤਾ ਇਸ ਮੌਕੇ ਪ੍ਰਦਸਿਆ ਗਿਆ ਜੇ ਜੰਮੂ ਕਸ਼ਮੀਰ ਸਰਕਾਰ ਰਾਸ਼ਨਾਲੀਏ 6738 ਠਟੀਆਂ ਦੇ ਵੱਡੇ ਨੈਟਵਰਕ ਦੇ ਰਾਹੀਂ 573000 ਰਾਸ਼ਨ ਕਾਰਡ ਧਾਰਕਾਂ ਨੂੰ ਸੇਵਾ ਉਪਲਬਧ ਕਰਵਾ ਕਰਦੀ ਹੈ ਲੈਫਟਨੈਂਟ ਗਵਰਨਰ ਨੇ ਆਖਿਆ ਜੇ ਆਤਮ ਨਿਰਭਰ ਪਾਰਤ ਅਭਿਆਨ ਦੇ ਤਹਿਤ ਕੀਤੇ ਜਾ ਰਹੇ ਸੁਧਾਰੇ ਜਿਨ੍ਹਾਂ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਵਾਲੀ ਪਹਿਲ ਨੇ ਗਰੀਬਾਂ ਤੇ ਲੋੜਵੰਦਾਂ ਦੀ ਪਹਤਿਆਰ ਬਣਾਇਆ ਹੈ ਉਹਨੇ ਆਖਿਆ ਜੇ ਟੈਕਨੋਲੋਜੀ ਕੀ ਸਰਕਾਰੀ ਪ੍ਰਕਿਰਿਆ ਕਰਨੇ ਜੋੜਨੇ ਦੀ ਇੱਕ ਉੱਤਮ ਮਿਸਾਲ ਹੈ ਸ਼੍ਰੀ ਸਿਨਾ ਹੋਰੇ ਮਹਿਕਮੇ ਦੇ ਨਿਰਦੇਸ਼ ਦਿੱਤਾ ਜਿਉ ਗਰੀਬਾਂ ਤੇ ਲੋੜਮੰਦਾਂ ਦੀਆਂ ਤਕਲੀਫਾਂ ਦੀ ਦੂਰ ਕਰਨੇ ਵਾਸਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਬਾਦੂ ਮੁਫਤ ਅੰਨਦਾਨੇ ਦੀ ਨਿਰਵਿਗਨ ਬੰਡ ਯਕੀਨੀ ਬਣਾਣ ਪ੍ਰਸ਼ਾਸਨਿਕ ਸੁਧਾਰੇ ਤੇ ਜਨ ਸ਼ਿਕਾਇਤਾਂ ਸਰਬੰਧੀ ਮਹਿਕਮੇ ਦੇ ਅਤਿਰਿਕਤ ਸਚਿਵ ਵੀ ਸ਼੍ਰੀਨਿਵਾਸ ਹੋਰੇ ਕੱਲ ਇੱਕ ਬੈਠਕ ਦੀ ਅਧਿਕਸ਼ਤਾ ਕਰਦੀ ਹੋਈ ਅੱਜ 1 ਜੁਲਾਈ ਦੀ ਸ਼ੁਰੂ ਹੋਣੇ ਵਾਲੀ ਖਰੇ ਪ੍ਰਸ਼ਾਸਨ ਦੀਆਂ ਪ੍ਰਤੀਗੀ ਅਮਲ 'ਚ ਆਨਣ ਬਾਰੇ ਦੋ ਰੋਜ਼ਾ ਖੇਤਰੀਏ ਕਾਨਫਰੰਸ ਕਿਤੇ ਤਿਆਰੀਆਂ ਦੀ ਸਮੀਖਿਆ ਕੀਤੀ ਇਹਦਾ ਸਰਿਸਤਾ ਅੱਜ ਤੇ ਕੱਲ ਸ਼੍ਰੀਨਗਰ ਦੇ ਸ਼ੇਰੇ ਕਸ਼ਮੀਰ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ 'ਚ ਕੀਤਾ ਜਾ ਰਿਹਾ ਹੈ ਸਮਿਖਿਆ ਬੈਠਕ ਕਿਸ ਸੰਬੋਧਿਤ ਕਰਦੀ ਹੋਈ ਉਹਨੇ ਦਸੀਆ ਜੇ ਇੱਕ ਸਮਾਰੋਚ 10 ਬਕ ਬਕ ਰਾਜੇਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ੇਂਤ ਮਾ 700 ਬੀ ਅਫਸਰ ਤੇ 250 ਐਲ ਕਾਰਿਸ ਲੰਗਨ ਜਿੰਦੇ ਚਾ ਕੇਸ਼ ਵਰਚੁਅਲ ਮਾਧਿਅਮ ਰਾਏ ਤੇ ਕੇਸ਼ ਵਾਸਤਵਿਕ ਤੌਰ ਉਪਰ ਹੀ ਸਲੰਗਨ ਇਸ ਕਾਨਫਰੰਸ ਕੀ ਮੁਲਖਾ ਚਲਵਾਇਆ ਜਾਰਦਾ ਅਜਿੰਤੂੜੀ ਦਾ ਸਭਨੇਸ਼ਾ ਵੱਡਾ ਆਯੋਜਨ ਕਰਾਰ ਦਿੰਦੀ ਹੋਈ ਉਹਨੇ ਆਖਿਆ ਜੇ ਇਹਦਾ ਮੁੱਖ ਮਕਸਦ ਰਾਸ਼ਟਰੀ ਤੇ ਰਾਜ ਸਤਾ ਦੇ ਸੰਗਠਨੇ ادارے ਗੀ ਇੱਕੇ ਮંચ ਪਰ ਆਨਣਾ ਤਾਂ ਜੇ ਉਹ ਸੱਭੇ ਖਰੇ ਪ੍ਰਸ਼ਾਸਨ ਦੀਆਂ ਪਰਤੇ ਤੇ ਨਮੂਨੇ ਬਾਰੇ ਜਾਣੀ ਹੈ ਸਮਝੀਏ ਉਹਨੇ ਕੀ ਅਪਣਾਈ ਸਕਨ ਤੇ ਇੱਕ ਦੂਏ ਕਨੇ ਆਪਣੇ ਤਜਰਬੇ ਵੀ ਸਾਂਝੇ ਕਰੀ ਸਕਨ ਜਿੰਦੇ ਚ ਨਮੀਆਂ ਪ੍ਰਸ਼ਾਸਨਿਕ ਕਾਡਾਂ ਕਲਿਆਣਕਾਰੀ ਕਾਰਜਕ੍ਰਮ ਕੰਮਕਾਜ ਦੀ ਡਿਜੀਟਲ ਬਵਸਥਾ ਆਮ ਨਾਗਰਿਕ ਦੇ ਇਤਨ ਦੇ ਅਨੁਕੂਲ ਸ਼ਾਸਨ ਸਮਤਾ ਚ ਵਿਰਧੀ ਤੇ ਕਾਰਮਿਕ ਪ੍ਰਸ਼ਾਸਨ ਚਨੇ ਖੇਤਰ ਸ਼ਾਮਿਲਨ ਕਾਨਫਰੰਸ ਦਾ ਉਦਘਾਟਨ ਪ੍ਰਧਾਨ ਮੰਤਰੀਉਂ ਦੇ ਦਫਤਰ ਅਚ ਰਾਜ ਮੰਤਰੀ ਡਾਕਟਰ ਜితేంద్ర ਸਿੰਘ ਤੇ ਲੈਫਟਨੈਂਟ ਗਵਰਨਰ ਮਨੋਜ ਸਿਨਾਉਰ ਕੰਗਨ ਨੈਸ਼ਨਲ ਸਿਕਿਉਰਿਟੀ ਗਾਰਡ ਐਨਐਸਜੀ ਦੇ ਡਾਇਰੈਕਟਰ ਜਨਰਲ ਐਮਏ ਗਣਪਤੀ ਤੇ ਕੇਂਦਰੀ ઔਦਯੋਗਿਕ ਸੁਰੱਖਿਆ ਬਲ ਸੀਆਈਐਸਐਫ ਦੇ ਡਾਇਰੈਕਟਰ ਜਨਰਲ ਸੁਧੀਰ ਕੁਮਾਰ ਸਖਸੇਨ ਹੋਰੇ ਕਲ ਜੰਮੂ ਵాయੂ ਸੇਨਾ ਸਟੇਸ਼ਨ ਦੇ ਟੈਕਨੀਕਲ ਇਲਾਕੇ ਦਾ ਦੌਰਾ ਲਾਇਆ ਜਿੱਥੇ ਜੰਦੇ ਐਤਵਾਰਾਂ ਬੱਦਲੇ ਮੂਹ ਨੇਰੇ ਦਾਉਂ ਕੱਟ ਤੀਵਤਾ ਲੈ ਧਮਾਕਿਓਏ ਹੀ ਇਹ ਦੋਨੇ ਆਲਾ ਅਧਿਕਾਰੀ ਕੱਲ ਦੁਪਹਿਰੀ 에어 ਇੰਡੀਆ ਦੀ ਧੁਵਾਰੀ ਦਿਰਾਇ ਦਿੱਲੀ ਥਮਾ ਜੰਮੂ ਪੁੱਜੇਗੇ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਚ ਦਮਹਾਲ ਹਾਜੀਪੁਰਾ ਦੇ ਚਿਮਰਗ੍ਰਾਂਚ ਛਿੜੇ ਦੇ ਟਾਕਰੇ ਚ ਸੁਰੱਖਿਆ ਬਲ ਨੇ ਤਰ੍ਹਾਂ ਆਤੰਕਵਾਦੀਆਂ ਕੀ ਮਾਰੀ ਮੁਕਾਇਆ। ਟਾਕਰੇ ਚ ਸੁਰੱਖਿਆ ਬਲ ਦੇ ਦੋਂ ਕਰਮੀਆਂ ਦੇ ਜ਼ਖਮੀਆਂ ਨੇ ਦੀ ਵੀ ਖਬਰ ਹੈ। आतंकवादियों ਦੀ ਮੌਜੂਦਗੀ ਬਾਰੇ ਇੱਕ ਟਿਕੋਦੀ ਸੂਤ ਹੋਣੇ ਪਰ ਜੰਮ ਕਸ਼ਮੀਰ ਪੁਲਸ ਪਹੁੰਚਦੀ ਨੌ ਰਾਸ਼ਟਰੀ ਰਾਈਫਲਸ ਤੇ ਸੀਆਰਪੀਐਫ ਨੇ ਇਲਾਕੇ ਕੇ ਕੇ ਰਿਹਾ ਉਥੇ ਤਪਾਈ ਵਾਲੀ ਕਾਰਵਾਈ ਸ਼ੁਰੂ ਕੀਤੀ ਅਧਿਕਾਰਿਕ ਜਾਣਕਾਰੀ ਮੁਜਬ ਸੁਰੱਖਿਆ ਬਲ ਕੇ ਰਾ ਤੰਗ ਕਰਦੇ ਹੋਈ ਆਤੰਕਵਾਦੀਆਂ ਦੇ ਕੋਲ ਪੁੱਜੇ ਤਾਂ ਉਥੇ ਛੱਪੇ ਦੇ ਆਤੰਕਵਾਦੀ ਹੋਂ ਦੇ ਉਪਰ ਫੈਰ ਖੋਲੀ ਦਿੱਤਾ ਜਿਹਦੇ ਪਰ ਉਹਨੇ ਵੀ ਪਰਤੀਆਲੀ ਕਾਰਵਾਈ ਕੀਤੀ ਤੇ ਮਗਰਾ ਟਕਰਾ ਪਖੀ ਪਿਆ ਟਕਰੇ ਦਰਾਨ ਤਰੇ ਆਤੰਕਵਾਦੀ ਮਾਰੇ ਗਏ ਤੇ ਦੋਹ ਸੁਰੱਖਿਆ ਕਰਮੀ ਜ਼ਖਮੀ ਹੋਏ ਕੇ ਜਿਨਨ ਕੀ ਆਰਮੀ ਹਸਪਤਾਲ ਪੁਜਾਇਆ ਗਿਆ ਜਿੱਥੇ ਹੁੰਦਾ ਇਲਾਜ ਚਲਾ ਮਾਰੇ ਗਏ ਤੇ ਅਤੰਕਵਾਦੀਆਂ ਦੀ ਪਛਾਣ ਚਿੰਮਰ ਕੁਲਗਾਮ ਦੇ ਜ਼ਾਕਿਰ ਨਾਇਕ ਰਿਦਵਾਨੀ ਕੁਲਗਾਮ ਦੇ ਵਸੀਮ ਬੰਗਰੂ ਤੇ ਸ਼ੋਪੀਆਂ ਦੇ ਬਸਨੀ ਇੱਕ ਸ਼ਾਹਨਵਾਜ਼ ਬशीर ਲੋਨ ਦੇ ਤੌਰ ਉਪਰ ਕੀਤੀ ਗਈ ਹੈ ਇਹਨੇ ਤਰੰਨੇ ਅਤੰਕਵਾਦੀਆਂ ਦਾ ਸਰਬੰਧ ਹਿਜ਼ਬੁਲ ਮੁਜਾਹਿਦੀਨ ਅਤੰਕੀ ਸੰਗਠਨ ਕਰਨੇ ਖਾ ਟਾਕਰੀਆਲੀ ਥਾਰੇਪਰਾ ਇੱਕ AK47 ਰਫਲ ਇੱਕ ਪਿਸਤੌਲ ਤੇ AK47 ਦੀਆਂ ਕਈ ਰਾਉਂਡ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਬਿਜਲੀ ਵਿਕਾਸ ਵਿਭਾਗ ਦੇ ਪ੍ਰਧਾਨ ਸਚਿਵ ਰੋਹਿਤ ਕੰਸਲੋ ਨੇ ਕਾਲਾ ਆਖਿਆ ਜਿਉਂਦੇ ਮਹਿਕਮੇ ਦਾ ਮਕਸਦ ਆਤ ਸੰਥਮਾ ਪਲਿਆ ਮੁਕਤ ਪ੍ਰਣਾਲੀ ਯਕੀਨੀ ਬਣਾਣਾ ਹੈ ਸ਼੍ਰੀ ਨਗਰ ਚੇ ਰਾਸ਼ਟਰੀ ਬਿਜਲੀ ਸੁਰੱਖਿਆ ਸਪਤਾਹ ਦੇ ਸਿਲਸਿਲੇ ਚ ਆਯੋਜਿਤ ਇੱਕ ਕਾਰਜਕ੍ਰਮ ਦੌਰਾਨ ਬੋਲਦੀ ਹੋਈ ਕੰਸਲਰ ਨੇ ਦੱਸਿਆ ਜਿਉਂਦਾ ਮਹਿਕਮਾ ਇਸ ਬਾਰੇ ਸੁਰੱਖਿਆ ਸਰਬੰਧੀ ਬਖ ਬਖ ਉਪ ਕਰਨੇ ਵਾਸਤੇ ਤਕਰੀਬਨ 5 ਕਰੋੜ ਰੁਪਏ ਖਰਚ ਕਰਾ ਕਰਦਾ ਹੈ। ਉਹਨੇ ਇੱਬ ਵੀ ਦੱਸਿਆ ਜੇ ਜ਼ਮੀਨੀ ਪੱਤਰ ਪਰ ਕੰਮ ਕਰਨੇ ਵਾਲੇ 12000 ਮੁਲਾਜ਼ਮੇ ਦਾ ਇਸ ਬਾਰੇ ਬੀਮਾ ਕੀਤਾ ਗਿਆ ਹੈ। ਧਿਆਨ ਜੋਗ ਹੈ ਜੇ ਜੰਦੀ 26 ਜੂਨ ਤੋਂ ਲੈ ਕੇ ਕੱਲ 2 ਜੁਲਾਈ ਤੱਕ ਮੁਲਕ ਪਰ ਅਜੇ ਰਾਸ਼ਟਰੀ ਬਿਜਲੀ ਸੁਰੱਖਿਆ ਸਪਤਾਹ ਮਨਾਇਆ ਜਾਂਦਾ ਹੈ ਤੇ ਇਸ ਦੌਰਾਨ ਕਈ ਸਾਰੇ ਕਾਰਜਕ੍ਰਮ ਕਰਵਾਏ ਜਾਕਰ ਦੇਣਾ। ਜੰਮੂ ਕਸ਼ਮੀਰ ਅਮਲੇ ਤੇ ਅਧਿਕਾਰੀਆਂ ਦੀ ਸੁਰੱਖਿਆ ਸਰਬੰਦੀ ਸਗੰਧ ਚੁਕਾਈ ਜਾਂਦੀ ਹੈ। ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ ਤੋਂ ਸੁਣਾਉਂਦੇ ਹੋ ਉਹਨਾਂ ਬਾਕੀ ਦੀਆਂ ਖਬਰਾਂ ਕਰਨੇ ਜਗਮੋਹਨ ਸ਼ਰਮਾ। ਅੱਜ ਡਾਕਟਰ ਦਿਨ ਸਰਬੰਦੀ ਰਾਸ਼ਟਰੀ ਦਿਹਾੜਾ ਮਨਾਇਆ ਜਾਂਦਾ ਹੈ ਹਰ ਬਰੇ 1 ਜੁਲਾਈ ਨੂੰ ਮਨਾਏ ਜਾਣ ਵਾਲੇ ਇਸ ਦਿਹਾੜੇ ਦਾ ਮਕਸਦ ਰਾਸ਼ਟਰੀ ਸਿਹਤ ਮੰਤਰੱਖ ਨੇ ਚ ਡਾਕਟਰਾਂ ਦੀ ਭੂਮਿਕਾ 'ਤੇ ਉਜਾਗਰ ਕਰਨਾ ਹੈ ਸਰਕਾਰ ਨੇ ਬੰਗਾਲਦੇਸ਼ ਸਾਭਕਾ ਮੁੱਖ ਮੰਤਰੀ ਡਾਕਟਰ ਬੀ ਸੀ ਰੌਏ ਦੇ ਯੋਗਦਾਨ ਦੀ ਮਾਨਤਾ ਚ ਸਾਲ 1991 ਚ ਡਾਕਟਰਸ ਡੇ ਮਨਾਣਾ ਸ਼ੁਰੂ ਕੀਤਾ ਹ ਉਹਨੇ ਮੈਡੀਕਲ ਕਾਉਂਸਲ ਆਫ ਇੰਡੀਆ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਥਾਪਨਾ ਚ ਬੜੀ ਮਤਵ ਵਾਲੀ ਭੂਮਿਕਾ ਨਿਭਾਈ ਹੀ ਉਹਨੇ 4 ਫਰਵਰੀ 1961 ਕੀ ਭਾਰਤ ਰਤਨ ਕਨੇ ਸਨਮਾਨਿਤ ਕੀਤਾ ਗਿਆ ਹੈ ਜੰਦੇ ਐਤਵਾਰੇ ਆਪਣੇ ਮਨ ਕੀ ਬਾਤ ਕਾਰਜਕ੍ਰਮ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕੋਵਿਡ ਮਹਾਮਾਰੀ ਦੇ ਸਮੇਂ ਦੌਰਾਨ ਡਾਕਟਰਾਂ ਤੇ ਕਰੋਨਾ ਯੋਧਾਂ ਆਸਿਆ ਦਿੱਤੇ ਗਏ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਉਹਨੇ ਆਖਿਆ ਹੈ ਜੇ ਇਹ ਹਰ ਕੁਸ ਦਾ ਫਰਜ਼ ਬੰਦਾ ਹੈ ਜੋ ਉਹਨੇ ਗਏ ਇਰਖ ਕਨੇ ਡਾਕਟਰਾਂ ਦਾ ਧੰਨਵਾਦ ਕਰਨ ਜਿਨੇ ਇਰਖ ਕਨੇ ਡਾਕਟਰ ਸਭਨੇ ਦਾ ਇਲਾਜ ਕਰਦੇ ਨੇ ਪ੍ਰਧਾਨ ਮੰਤਰੀ ਮੋਦੀ ਹੋਰ ਅੱਜ ਦੁਪਹਿਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਾਸਿਆ ਦਵਾਈ ਜਾਰ ਦੇ ਇੱਕ ਕਾਰਜਕ੍ਰਮ ਦੌਰਾਨ ਡਾਕਟਰਾਂ ਗੀ ਸੰਬੋਧਿਤ ਕਰਨਗਨ ਇੱਕ ਟਵੀਟ ਸਨੇਚ ਪ੍ਰਧਾਨ ਮੰਤਰੀ ਨੇ ਆਖਿਆ ਜੇ ਭਾਰਤ ਕੀ ਕੋਵਿਡ 19 ਖਿਲਾਫ ਲੜਾਈ ਚ ਸਭ ਨੇ ਡਾਕਟਰਾਂ ਦੇ ਜਤਨੇ ਪਰ ਮਾਨ ਹੈ ਡਾਕਟਰਾਂ ਦੇ ਨਮਿੱਤਰ ਰਾਸ਼ਟਰੀ ਦਿਹਾੜੇ ਦੇ ਮੌਕੇ 'ਤੇ ਲੈਫਟਰਨ ਗਵਰਨਰ ਮਨੋਤਚਨ ਹੋਰ ਇਹ ਸਭ ਨੇ ਡਾਕਟਰਾਂ ਕੀ ਮੁਬਾਰਕਬਾਦ ਦਿੰਦੀ ਹੋਈ ਉਹਨਾਂ ਦੇ ਸੇਵਾ ਤੇ ਸਮਰਪਣ ਭਾਵ ਲਈ ਉਹਨਾਂ ਦੇ ਪ੍ਰਤੀ ਆਭਾਰ ਪ੍ਰਗਟ ਕੀਤਾ ਜਿਹੜੇ ਪਹਿਲੇ ਕਦੇ ਵੀ ਪੇਸ਼ ਨਹੀਂ ਆਏਦੇ ਇੰਨੇ ਵੱਡੇ ਸੰਕਟ ਦੀ ਘੜੀ 'ਚ ਵੀ ਮਨੁੱਖਤਾ ਦੀ ਸੇਵਾ ਲਈ ਨਿਸਵਾਰਥ ਭਾਵ ਕੰਨੇ ਆਪਣੀ ਡਿਊਟੀ ਅੰਜਾਮ ਦਿਆ ਕਰ ਦੇਣਾ ਉਹਨਾਂ ਆਖਿਆ ਜਿ ਸਮੂਲ ਚਾ ਮੁਲਕ ਡਾਕਟਰਾਂ ਤੇ ਉਹਨਾਂ ਦੇ ਕੰਨੇ ਸਭ ਨੇ ਅੱਗਿਓ ਇਹ ਪਹਿਲੀ ਪੰਕਤੀ ਚ ਕੰਮ ਕਰਨ ਵਾਲੇ ਸਭ ਨੇ ਸੇਧ ਕਰਮੀਆਂ ਦਾ ਸ਼ੁਕਰਗੁਜ਼ਾਰ ਹੈ ਜਿਹੜੇ ਮਹਾਮਾਰੀ ਦੇ ਖਤਰੇ ਦੇ ਬਾਵਜੂਦ ਵੀ ਲੋਕਾਂ ਦੇ ਜਾਨ ਬਚਾਣੇ ਲਈ ਦਿਨ ਰਾਤ ਲੱਗ ਕੇ ਦੇਨਾ ਉਹਨਾਂ ਆਖਿਆ ਜੇ ਅਸੀਂ ਸਭ ਨੇ ਹੀ ਅੱਜ ਦੇ ਰੋਜ਼ ਡਾਕਟਰ ਦਿਵਸ ਦੇ ਮੌਕੇ ਪਰ ਡਾਕਟਰਾਂ ਦੀ ਉਹਨਦੇ ਸੇਵਾ ਤੇ ਸਮਰਪਣ ਪਾਵਲੇ ਸਰਾਹਣਾ ਕਰਨੀ ਲੋੜ ਸੀ ਜਿਹੜੇ ਕਸ਼ਟੀਆਂ ਦੇ ਇਲਾਜ ਲਈ ਆਪਣੀ ਨਿੱਜੀ ਸਿਹਤ ਤੇ ਜਾਨ ਦੀ ਪਰਵਾਹ ਕੀਤੇ ਵਿਜਨ ਕਮੇ ਪਰ ਲੱਗੇ ਦੇਨਾ ਮੁਲਕ ਨੇ ਕੋਵਿਡ ਸਹਾ ਬਚਾ ਲੇ 33 ਕਰੋੜ 54 ਲੱਖ ਟੀਕੇ ਲਾਇਏ ਕੋਵਿਡ ਟੀਕਾਕਰਨ ਅਭਿਆਨ ਚ ਇੱਕ ਹੋਰ ਮਤਵਪੂਨ ਪੜਾ ਪਾਰ ਕਰ ਲਤਾ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਆਖਿਆ ਜੇ ਜੰਦੀ 21 ਜੂਨ ਥਾ ਮਾ ਕੋਵਿਡ 19 ਟੀਕਾਕਰਨ ਅਭਿਆਨ ਦਾ ਨਮਾਗੇੜ ਸ਼ੁਰੂ ਹੋਣੇ ਪ੍ਰੰਤ ਪਖ ਪਖ ਰਾਜਿਤ ਕੇਂਦਰਾਸ਼ਾਸਿਤ ਪ੍ਰਦੇਸ਼ੇ ਚ 18% 44 ਬਰ ਦੇ 9 ਕਰੋੜ 14 ਲੱਖਾਂ ਮਤੇ ਲੋਕਾਂ ਕੀ ਟੀਕੇ ਲਾਇ ਦਿੱਤੇ ਗੇ ਨਾ ਸ਼ੜਾ ਕਾਲ ਕੇ ਮੁਲਕ ਪਰ ਅਚ 51414 ਹਜ਼ਾਰ ਸ਼ਾ ਮਤੇ ਟੀਕੇ ਲਾਇਗੇ ਨਾ 18% 44 ਬਰ ਦੀ ਉਮਰੀ ਦੇ 13 74300 ਲੋਕਾਂ ਕੀ ਕੱਲ ਟੀਕੇ ਦੀ ਪਹਿਲੀ ਖੁਰਾਕ ਜਿਸਲੇ ਕੇ 87000 ਸ਼ਾਮਤ ਲੋਕਾਂ ਕੀ ਟੀਕੇ ਦੀ ਦੂਈ ਖੁਰਾਕ ਵੀ ਲਾਈ ਗਈ। ਕਟੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਆਖਿਆ ਜੇ ਕਟੂਆ ਚ ਕੋਵਿਡ थਮਾ ਠੀਕ ਹੋਣ ਦੇ ਅਲਿੰਦਾਰ 98% ਹੋ ਗਈ ਹੈ ਤੇ ਜ਼ਿਲ੍ਹੇ ਚ ਪਿਛਲੇ ਕਿਸ਼ ਹਫ਼ਤੇ ਦੇ ਦੌਰਾਨ ਕੋਵਿਡ ਸਰਬੰਧੀ ਆਲਾਤ ਚ ਬੜਾ ਮਤਾ ਸੁਧਾਰ ਦਿਖਣੇ ਲੱਭਾ ਸਾਡੇ ਜ਼ਿਲ੍ਹਾ ਸੰਵਾਦ ਆਤਾ ਕ ਨਿਕਾਲ ਕਰਦੇ ਹੋਈ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਆਖਿਆ हमारे डिस्ट्रिक्ट में वैक्सीनेशन 81 परसेंट जो हमारा 45 प्लस एज ग्रुप का वैक्सीनेशन हो चुका है और इसमें हमारा हीरा हीरानगर ब्लॉक एक ऐसा ब्लॉक है जिसमें 100 परसेंट को क्रॉस कर चुका है हमारा कोविड 19 का वैक्सीनेशन 45 प्लस एज ग्रुप में मेरी सभी कटवा वासियों से मेरा यह निवेदन है कि वो कोविड एप्रोप्रिएट बिहेवियर को फॉलो करें क्योंकि तभी हम इस बीमारी से दूर रह सकते हैं और उसके साथ ही जल्द से जल्द जल सभी एलिजिबल लोग अपना वैक्सीनेशन जरूर कराएं अठारह प्लस के जितने भी लोग हैं वो जल्द से जल्द नजदीकी वैक्सीनेशन सेंटर पर जाकर अपना वैक्सीनेशन करवाएं ਉਨੇ ਖੀਰਾ ਚ ਖਾਸ ਖਾਸ ਖਬਰ ਇੱਕ ਬਰੀ ਪਰਤੀ ਹੈ ਲੈਫਟਨੈਂਟ ਗਵਰਨਰ ਮਨੋਤ सिन्हा ਹੋਰ ਇਹ ਜੰਮੂ ਕਸ਼ਮੀਰ ਚ ਸਾਰਵਜਨਿਕ ਬੰਡ ਵਿਕਰੀ ਸਰਬੰਧੀ ਇੱਕ ਨਿੱਗਰ ਸਿਸਤੇ ਦੀ ਜ਼ਰੂਰਤ ਹੈ ਪਰ ਜ਼ੋਰ ਪਾੰਦੀ ਹੋਈ ਇਸੀ ਤਰਤੀਬ ਦੇਣੇ ਦਾ ਨਿਰਦੇਸ਼ ਦਿੱਤਾ ਹੈ ਖਰੇ ਪ੍ਰਸ਼ਾਸਨ ਦੀਆਂ ਆਦਰਸ਼ ਪ੍ਰਤੈਂਗੀ ਸਪਣੇ ਥਾਰੇ ਲਾਗੂ ਕਰਨ ਦੇ ਦਿਲਖਸ਼ ਲਈਏ ਦੰ ਰੋਜ਼ਾ ਸੰਮੇਲਨ ਅਜਤਮਾਸ਼ਟਨਗਰ ਚ ਸ਼ੁਰੂਆਤ ਦਾ ਤੇ ਡਾਕਟਰਾਂ ਦੇ ਨਮਿਤ ਰਾਸ਼ਟਰੀ ਤਿਆਰੇ ਦੇ ਮੌਕੇ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਾਸਯਾ ਆਯੋਜਿਤ ਇੱਕ ਸਮਾਰੋਹ ਚ ਡਾਕਟਰਾਂ ਕੀ ਸੰਬੋਧਿਤ ਕਰਨਨ ਇਹ ਦੇ ਕੰਨੇ ਗੇ ਖਬਰਾਂ